ਅੱਜ ਬਠਿੰਡਾ ਦੀ ਗੋਨਿਆਣਾ ਮੰਡੀ ਵਿੱਚ ਪੁਰਾਣੀ ਰੰਜਿਸ਼ ਦੇ ਚੱਲਦੇ ਇੱਕ ਲੜਕੇ ਦੀ ਕੀਤੀ 6-7 ਵਿਅਕਤੀਆਂ ਵੱਲੋਂ ਕੁੱਟਮਾਰ। ਗੋਨਿਆਣਾ ਮੰਡੀ ਦੇ ਸਿਵਲ ਹਸਪਤਾਲ ਵਿਖੇ ਦਾਖਲ। ਲੜਕੇ ਦੇ ਪਿਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੋਨਿਆਣਾ ਮੰਡੀ ਦੇ ਵਿੱਚ ਉਸਦੇ ਲੜਕੇ ਦੇ ਕੋਈ ਪੁਰਾਣੇ ਰੰਜਿਸ਼ ਰੱਖਣ ਵਾਲੇ ਵਿਅਕਤੀਆਂ ਵੱਲੋਂ ਉਸਦੀ ਬੁਰੀ ਤਰ੍ਹਾਂ ਕਿਰਪਾਨਾਂ ਦੇ ਨਾਲ ਕੁੱਟਮਾਰ ਕਰ ਦਿੱਤੀ, ਜਿਸ ਨੂੰ ਲੈ ਕੇ ਉਸ ਨੂੰ ਬਠਿੰਡਾ ਦੇ ਗੋਨਿਆਣਾ ਮੰਡੀ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਅਤੇ ਮੌਕੇ 'ਤੇ ਥਾਣਾ ਨਈਆਂਵਾਲਾ ਦੀ ਪੁਲਿਸ ਵੀ ਉੱਥੇ ਆ ਚੁੱਕੀ ਹੈ ਅਤੇ ਉਹਨਾਂ ਵੱਲੋਂ ਇਸ ਲੜਕੇ ਦੇ ਬਿਆਨ ਵੀ ਦਰਜ ਕੀਤੇ ਗਏ। ਲੜਕੇ ਦੇ ਪਿਤਾ ਦਾ ਕਹਿਣਾ ਹੈ ਕਿ ਪੁਰਾਣੀ ਰੰਜਿਸ਼ ਦੇ ਕਰਕੇ ਉਸਦੇ ਲੜਕੇ ਦੀ 5-6 ਵਿਅਕਤੀਆਂ ਵੱਲੋਂ ਕਿਰਪਾਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਅਤੇ ਉਹਨਾਂ ਵੱਲੋਂ ਪੁਲਿਸ ਨੂੰ ਬਿਆਨ ਵੀ ਦਰਜ ਕਰਵਾਏ ਗਏ ਹਨ ਅਤੇ ਨਈਆਂਵਾਲਾ ਪੁਲਿਸ ਇਸ ਦੀ ਤਫਤੀਸ਼ ਕਰ ਰਹੀ ਹੈ। ਦੱਸ ਦਈਏ ਕਿ ਪੁਰਾਣੀ ਰੰਜਿਸ਼ ਦੇ ਕਰਕੇ ਗੋਨਿਆਣਾ ਮੰਡੀ ਦੇ ਦਾਣਾ ਮੰਡੀ ਦੇ ਵਿੱਚ ਇੱਕ ਲੜਕੇ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। 5-6 ਵਿਅਕਤੀਆਂ ਵੱਲੋਂ ਇੱਕ ਲੜਕੇ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ, ਜਿਸ ਨੂੰ ਬਠਿੰਡਾ ਦੇ ਗੋਨਿਆਣਾ ਮੰਡੀ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਦੱਸੋ ਬਾਈ ਜੀ, ਇਹ ਦਾਣਾ ਮੰਡੀ ਦੀ ਗੱਲ ਹੀ ਆ? ਹਾਂ, ਪੈਸੇ ਪਾਉਣ ਆਇਆ ਸੀਗਾ ਜੀ। ਅੱਛਾ, ਮੈਂ ਹੁਣੇ ਘਰੇ ਛੱਡ ਕੇ ਆਇਆ। ਅੱਛਾ, ਬਸ ਮੈਂ ਇੱਥੇ ਸਟੈਂਡ ਤੇ ਖੜ ਗਿਆ, ਕਿਤੇ ਬਾਜ਼ਾਰ ਚਲਾ ਗਿਆ। ਇਹ ਆਹਦਾ ਵੀ ਜੰਡਾ ਵਾਲੇ ਦੇ ਮੁੰਡੇ ਆ ਜਿਨ੍ਹਾਂ ਨੇ ਸੱਟਾਂ ਮਾਰੀਆਂ। ਕਿੰਨੇ ਮੁੰਡੇ ਸੀ ਪਤਾ ਕੋਈ? ਮੈਨੂੰ ਇਹ ਬਾਰੇ ਨਹੀਂ ਪਤਾ ਕਿੰਨੇ ਸੀ, ਕਿਉਂਕਿ ਮੈਂ ਤਾਂ ਇਹਦਾ ਰੇੜੇ ਤੇ ਪਾਈ ਆਉਂਦੇ ਸੀਗੇ। ਅੱਛਾ, ਰੇੜੇ ਤੇ ਪਾ ਕੇ ਲੈ ਆਇਆ? ਵੀਰ ਨੇ ਫੋਨ ਕੀਤਾ ਵੀ ਆਹਦਾ ਵੀਰੇ ਵਿਆਹ ਕਰਕੇ ਤੇਰੇ ਮੁੰਡੇ ਦੇ ਸੱਟਾਂ ਮਾਰੀਆਂ। ਅੱਛਾ, ਮੋਬਾਇਲ ਲੈਣ ਗਏ ਸੀ ਅਸੀਂ, ਕਈ ਮੋਬਾਇਲ ਬਦਲਣ ਗਏ ਸੀਗੇ। ਉੱਥੋਂ 3-4 ਗੱਡੀਆਂ ਆਈਆਂ, 3-4 ਗੱਡੀਆਂ ਨੇ ਪੂਰਾ ਆ ਕੇ ਮਗਰ ਪੈ ਗਏ। ਠੀਕ ਆ, ਸਾਰੇ ਮਗਰ ਪੈ ਗਏ। ਉਦੋਂ ਬਾਅਦ ਪੁੱਛਿਆ ਕਿੱਧਰ ਗਏ, ਕਿੱਧਰ ਸੀ ਬਾਈ ਜੀ? ਬਾਜ਼ਾਰ ਤੇ ਮੇਨ ਬਾਜ਼ਾਰ ਤੇ ਗਏ ਜੀ। ਤੁਹਾਡੇ ਨਾਲ ਸੀਗਾ? ਹਾਂ, ਮੇਰੇ ਨਾਲ ਸੀਗਾ। ਜੇ ਤੁਸੀਂ ਚਾਹੁੰਦੇ ਹੋ ਕਿ ਹਰ ਤਰ੍ਹਾਂ ਦੀ ਖਬਰ ਤੁਹਾਡੇ ਤੱਕ ਪਹੁੰਚੇ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਘੰਟੀ ਨੂੰ ਆਲ 'ਤੇ ਕਰੋ।